ਦਿਲ ਦੀ ਗੱਲ। ਥੋੜਾ ਜਿਹਾ ਲੰਬਾ ਜਵਾਬ ਹੈ। ਜਵਾਬ ਇਹ ਹੈ ਕਿ ਜਿਹੜਾ ਹਿੱਟ ਕਰਦਾ ਉਹ ਜ਼ਰੀਆ ਕੀ ਹੈ, ਉਹ ਤਾਂ ਟੀਵੀ ਹੈ ਨਾ, ਉਹ ਤੁਸੀਂ ਵਾਚ ਕਰਨਾ ਕਿ ਕੀ ਸਹੀ ਹੈ ਕੀ ਗਲਤ ਹੈ। ਮੇਰਾ ਮੰਤਵ ਇਹ ਸੀ ਕਿ ਮੈਂ ਪਿੰਡਾਂ 'ਚ ਜੰਮਿਆ ਪੜਿਆ, ਸੋ ਮੈਨੂੰ ਪਹਿਲਾਂ ਤੋਂ ਸ਼ੌਕ ਸੀ ਕਿ ਮੈਂ ਸਮਾਜਿਕ ਵੀ ਕਵਾਂ। ਪਹਿਲੀਆਂ ਦੋ ਜਿਹੜੀਆਂ ਸਾਡੀਆਂ ਕੈਸਟਾਂ 'ਚ ਉਦੋਂ ਕੰਪਨੀਆਂ ਦਾ ਹਿਸਾਬ ਕਿਤਾਬ ਸੀ, ਬਟ ਉਦੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਕਰਨਾ ਹੀ ਪੈਣਾ। ਮੇਰੇ 'ਤੇ ਅਸਰ ਤਾਂ ਨੇਚਰ ਮਦਰ ਦਾ ਹੀ ਹੈ ਜੀ। ਸਾਡੇ ਪਰਿਵਾਰ 'ਚ ਗਾਉਣ ਗੂਣ ਦਾ ਸ਼ੌਕ ਹੈ ਨਹੀਂ ਸੀ, ਨਾ ਲਿਖਣ ਦਾ ਸੀ ਕਿਸੇ ਨੂੰ। ਦੁਨੀਆਦਾਰੀ ਉਹ ਹੈ ਜਿਹਦੇ 'ਚ ਰਹਿ ਕੇ ਮੈਂ ਸਾਰਾ ਕੁਛ ਸਿੱਖਿਆ। ਦੇਖਣ ਵਾਲੇ ਦਾ ਨਜ਼ਰੀਆ ਮੈਂ ਜੇ ਖੁੱਲ੍ਹੀ ਕਿਤਾਬ ਸਮਝ ਸਕਦੇ ਹੋ ਤੁਸੀਂ, ਬਸ਼ਰਤੇ ਕਿ ਜਿਹੜਾ ਸਾਹਮਣੇ ਬੈਠਾ ਉਹਨੂੰ ਪੜ੍ਹਨਾ ਆਉਂਦਾ ਹੋਵੇ, ਅਤੇ ਜੇ ਗੁੱਚੀ ਮਾਰਨ ਦੀ ਸਮਰੱਥਾ, ਫਿਰ ਮੈਨੂੰ ਥੱਲੇ ਜਾ ਕੇ ਦੇਖ ਸਕਦਾ ਮੈਂ ਕਿੰਨਾ ਡੂੰਘਾ ਕਿੰਨਾ ਗਹਿਰਾ। ਦੇਖੋ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਤੋਂ ਹੁਣ ਤੱਕ ਤਾਂ ਸ਼ੋਲੇ ਹੀ ਸਾਡੀ ਪਸੰਦ ਦੀ ਮੂਵੀ ਰਹੀ ਹੈ, ਅਤੇ ਸਾਡਾ ਹੀਰੋ ਵੀ ਧਰਮਿੰਦਰ ਸਾਹਿਬ ਹੀ ਰਹੇ। ਬਟ ਵਕਤ ਨਾਲ ਫਿਰ ਜਿਵੇਂ ਜਿਵੇਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਵੱਖ ਵੱਖ ਭਾਸ਼ਾਵਾਂ ਦੀਆਂ, ਫਿਰ ਇਹਨੂੰ ਅਧਿਐਨ ਕਰਦੇ ਹਾਂ, ਫਿਰ ਪੂਰੀ ਦੁਨੀਆ ਦਾ ਸਿਨੇਮਾ ਖੁੱਲ੍ਹ ਗਿਆ, ਟੈਲੀਵਿਜ਼ਨ ਆ ਗਏ, ਰਾਤੀ ਜਦੋਂ ਬੈਠਦੇ ਹਾਂ ਕਈ ਵਾਰੀ ਫਿਲਮਾਂ ਦੇਖਦੇ ਹਾਂ, ਹੁਣ ਪੂਰੀ ਦੁਨੀਆ ਇੱਕ ਲੱਗਦੀ ਹੈ। ਹੁਣ ਲੱਗਦਾ ਕਿ ਕੋਈ ਹੋਰ ਤਰ੍ਹਾਂ ਦੀ ਉਡਾਨ ਭਰਨੀ ਚਾਹੀਦੀ ਹੈ ਸਿਨੇਮੇ ਨੂੰ ਸਾਡੇ ਨੂੰ, ਜਿਹਦੀ ਮੈਂ ਵੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਨਹੀਂ ਬਣਨਾ ਚਾਹੀਦਾ। ਕਿਸ਼ੋਰ ਕੁਮਾਰ ਸਾਹਿਬ ਦਾ ਗੀਤ ਹੁੰਦਾ ਜਾਂ ਮੁਹੰਮਦ ਰਫੀ ਸਾਹਿਬ ਗੀਤ, ਕਿ ਟੁੱਟਿਆ ਬੰਦਾ ਗਾ ਦਿੰਦਾ, ਉਹ ਗਾਣਾ ਖਤਮ ਹੋ ਜਾਂਦਾ। ਤੁਸੀਂ ਸੁਣਦੇ ਹੋ ਹਿੰਦੀ ਫਿਲਮਾਂ 'ਚ ਗਾਣੇ ਹੁੰਦੇ ਕਿੰਨੇ ਗੰਦੇ ਲੱਗਦੇ। ਦੇਖੋ ਗਾਣੇ ਦੀ ਇੱਕ ਲਾਈਫ ਹੁੰਦੀ ਹੈ, ਇੱਕੋ ਵਾਰੀ ਬਣਦਾ ਉਹ, ਵਾਰ ਵਾਰ ਬਣਾਓਗੇ ਤਾਂ ਸ਼ੋਲੇ ਦੁਬਾਰਾ ਕਿਉਂ ਨਹੀਂ ਬਣੀ ਫਿਰ। ਹਿੰਦੁਸਤਾਨ ਜਦੋਂ ਰੀਮੇਕ ਬਣਦਾ ਜਾਂ ਦੁਬਾਰਾ, ਉਹ ਕਿਉਂ ਨਹੀਂ ਸਫਲ ਹੁੰਦਾ? ਕਿਉਂਕਿ ਨਹੀਂ, ਲੋਕ ਨਹੀਂ ਦੇਖਦੇ, ਕਿਉਂਕਿ ਉਹ ਜਿਹੜੀ ਚੀਜ਼ ਬਣ ਜਾਂਦੀ ਓਰੀਜਨਲ ਹੁੰਦੀ ਹੈ। ਰੀਮੇਕ ਮੂਕ ਵਾਲਾ ਸਿਸਟਮ ਗਲਤ ਹੋਣਾ ਨਹੀਂ ਚਾਹੀਦਾ, ਕਾਨੂੰਨ ਇਹਦੇ ਲਈ ਹੋਰ ਬਣਨਾ ਚਾਹੀਦਾ। ਜਿਨ੍ਹਾਂ ਨੇ ਇੰਨੀ ਸ਼ਿੱਦਤ ਨਾਲ ਲਿਖਿਆ, ਉਹਨੂੰ ਕੰਪੋਜ਼ ਕਰਿਆ, ਗਾਇਆ, ਇੱਕ ਟੁੱਚਾ ਜਿਹਾ ਬੰਦਾ ਉੱਠ ਕੇ ਆਪਦਾ ਗਾ ਕੇ ਉਹ ਆਪਦੇ ਪੈਸੇ ਕਮਾ ਲੈਂਦਾ, ਗਲਤ ਹੈ। ਵਰਥ ਉਹਦੀ ਉਹ ਹੋਣੀ ਚਾਹੀਦੀ ਜਿਨ੍ਹਾਂ ਦੀ ਸੀ। ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ, ਇਹ ਹਰ ਪੱਤਰਕਾਰ ਸਵਾਲ ਕਰਦਾ, ਸੰਗੀਤ ਨੂੰ ਖੰਘ ਹੋ ਗਈ, ਸੰਗੀਤ ਨੂੰ ਬਾਏ ਹੋ ਗਈ, ਨਾ ਤਾਂ ਕੁਛ ਨਹੀਂ ਆਇਆ, ਵਕਤ ਨਾਲ ਬਦਲਦਾ ਸਭ ਕੁਛ। ਆਮ ਇੱਕ ਟੈਲੀਵਿਜ਼ਨ 'ਤੇ ਚਰਚਾ ਹੁੰਦੀ ਅਕਸਰ, ਪੰਜਾਬ 'ਚ ਨਸ਼ਾ ਬਹੁਤ ਹੈ। ਮੈਨੂੰ ਦੱਸੋ ਤੁਸੀਂ ਕੈਨੇਡਾ ਅਮਰੀਕਾ ਜਾਂਦੇ ਹੋ, ਉੱਥੇ ਹਸਬੈਂਡ ਵਾਈਫ ਦੋਨੋਂ ਸ਼ਰਾਬ ਪੀਂਦੇ ਆ? ਕੀ ਸਾਡੇ ਬਾਪੂ ਬੇਬੇ ਸ਼ਰਾਬ ਪੀਂਦੇ? ਨਹੀਂ ਪੀਂਦੇ ਨਾ, ਆਪਾਂ ਨੂੰ ਉਹਨਾਂ ਉਹੀ ਕਮਲ ਕੁੱਟਣ ਦੀ ਵੀ ਆਦਤ ਹੈ, ਇਸ ਕਰਕੇ ਮੀਡੀਆ ਨੂੰ ਕਿੰਤੂ ਕਰਨ ਦੀ ਆਦਤ ਹੈ। ਆਪਾਂ ਕਹਿੰਦੇ ਵੀ ਗੀਤਾਂ ਨਾਲ ਸਮਾਜ ਵਿਗੜ ਗਿਆ, ਆਮ ਲੋਕ ਇਹ ਕਹਿੰਦੇ ਕਿ ਸ਼ਰਾਬ ਦੇ ਗਾਣਿਆਂ ਨਾਲ ਜਵਾਨੀ ਖਰਾਬ ਹੋ ਗਈ। ਜੇ ਐਡੀ ਜੁੜ ਤਾਂ ਠੇਕਾ ਕਿਉਂ ਨਹੀਂ ਪਾਉਂਦੇ ਜਾ ਕੇ ਤੁਸੀਂ ਜਿੱਥੇ ਸ਼ਰਾਬ ਵਿਕਦੀ ਹੈ? ਸੋ ਇਹ ਗੱਲਾਂ ਬਣੀਆਂ ਹੋਈਆਂ, ਮੀਡੀਆ ਕੋਈ ਹੋਰ ਸਵਾਲ ਨਹੀਂ ਹੁੰਦਾ, ਇੱਕ ਦੂਜੇ ਨੂੰ ਬਸ ਉੱਦਾਂ ਹੀ ਠੋਰ ਦੇਣਾ। ਮੈਨੂੰ ਲੱਗਦੀ ਹੈ ਹਰ ਚੀਜ਼ ਦਾ ਵਕਤ ਹੀ ਹੁੰਦਾ ਅਤੇ ਵਕਤ ਨਾਲ ਹੀ ਹੋਣੀ ਚਾਹੀਦੀ ਹੈ। ਬਹੁਤ ਪਹਿਲਾਂ ਵੀ ਹੋ ਸਕਦੀ ਸੀ, ਕਈ ਵਾਰੀ ਵਿਚਾਰ ਆਇਆ, ਪਰ ਜਿਵੇਂ ਕਹਿੰਦੇ ਸਬੱਬ ਨਹੀਂ ਬਣਿਆ ਪਹਿਲਾਂ। ਅਤੇ ਇਹ ਵੀ ਚਾਹੁਣ ਵਾਲਿਆਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਵਾਰ ਵਾਰ ਜ਼ੋਰ ਪਾਇਆ ਕਿ ਨਹੀਂ ਬਣਾਓ। ਆਪਾਂ ਤਾਂ ਬਹੁਤ ਬਾਅਦ ਬਣਾਉਣ ਲੱਗੇ, ਪਹਿਲਾਂ ਫੈਨ ਜਿਹੜੇ ਪਿਆਰ ਕਰਦੇ ਆ ਉਹ ਮਿਲਣ ਆਉਂਦੇ ਸੀ, ਉਹ ਕੱਪਾਂ 'ਤੇ ਫੋਟੋਆਂ ਬਣਾਉਂਦੇ ਸੀ, ਟੀ ਸ਼ਰਟ 'ਤੇ, ਉਹ ਹੀ ਕਹਿੰਦੇ ਸੀ ਵੀ ਇਹਨੂੰ ਤੁਸੀਂ ਸ਼ੁਰੂ ਕਰੋ, ਅਤੇ ਸ਼ਾਇਦ ਉਹਨਾਂ ਕਰਕੇ ਕਰ ਲਿਆ। ਦਿਲ ਦੀ ਗੱਲ।